ਨਿਕਲੀ ਆ ਉੱਥੇ ਉੱਥੇ ਹੁਣ ਪਾਣੀ ਚਾਰੇ ਵਾਸਤੇ ਕੀ ਉਹ ਪਾਣੀ ਉੱਥੇ ਮਿਲਿਆ ਕਿ ਚਾਰਾ ਮਿਲਿਆ ਉੱਥੇ ਪਾਣੀ ਨੇ ਉਹ ਉੱਥੇ ਹੀ ਬਹਿਗੀ ਜਿਹੜੀ ਉੱਥੇ ਬਹਿ ਕੇ ਹੁਣ ਇੱਥੇ ਵਾਪਸ ਕਿਵੇਂ ਆਊ ਮਰ ਵੈਸੇ ਗੱਬਾਂ ਨੇ ਛੋਦੀ ਜਿੱਥਾਂ ਸੁੱਕਾ ਮਿਲਿਆ ਚਾਰਾ ਉੱਥੇ ਪਾਣੀ ਨਹੀਂ ਮਿਲਦਾ ਜਾਨਵਰ ਸਰਦੀ ਦੇ ਵਿੱਚ ਕੱਢ ਵੇ ਦਿਨ ਇਹ ਗਰਮੀ ਦੇ ਵਿੱਚ ਨਹੀਂ ਬਰਦਾਸ਼ਤ ਕਰ ਸਕਦੀ ਇਤਨੀ ਪੰਜ ਜਾ ਤੇ ਟੁਰ ਤੇ ਉਹ ਗਾਹ ਨਹੀਂ ਚੜ੍ਹਦਾ The peak daytime temperature that I recorded here today was 50 degrees Celsius. And there are communities living here with hundreds of their cattle. But with mercury rising above 50 this early in the year, they say it is going to be a tough summer for them. Something they've not seen before in years. ਵੀ ਅੱਜ ਮਰ ਗਈਆਂ ਵੀ ਕੱਲ ਮਰ ਗਈਆਂ 10 ਪਰਸੋਂ ਮਰ ਗਈਆਂ ਇਵੇਂ ਕਰ ਕਰਕੇ ਤੇ ਸਿਰਫ 15 ਦਿਨਾਂ ਦੇ ਅੰਦਰ ਅੰਦਰ ਖਤਮ ਹੋ ਗਈਆਂ ਤੇ ਪਾਰੂ ਜਿਹੜਾ ਜਾਨਵਰ ਬਿਲਕੁਲ ਕਾਬੂ ਹੋ ਜਾਵੇ ਤਾਂ ਉਹਨੇ ਨਾ ਮੂੰਹ ਪਟ ਪਟ ਕੇ ਸਾਹ ਲੈਣਾ ਬਿਲਕੁਲ ਉਹਨੂੰ ਬਾਹਰ ਕੱਢਣਾ ਛਾਂ ਤੋਂ ਅਗਾਂਹ ਕਰਨਾ ਨੂੰ ਉਹਨੇ ਬਿਲਕੁਲ ਡਿੱਗ ਪਾਉਣਾ ਅਸਾਂ ਜ਼ਿੰਦਗੀ ਇੱਥੇ ਗੁਜ਼ਾਰਨੀ ਇਹ ਆਖਣ ਬਈ ਉੱਥੇ ਵੰਜੋ ਰੋਈ ਜਾ ਆਬਾਦੀ ਵੰਜੋ ਆਬਾਦੀ ਵੰਜ ਕਿਆ ਕਰੇ ਜੇ ਜ਼ਮੀਨਾਂ ਉਹ ਵੰਜਣ ਸਾਰੇ ਕੋਲ ਤਾਂ ਇਹ ਢੰਗਾਰਨ ਅੱਲਾ ਦਾ ਰਹਿਮਤ ਰੋਈ ਦੇ ਵਿੱਚ ਇਹੋ ਕੁਝ